ਕਿ ਮੈਨੂੰ ਬਾਥਰੂਮ ਵਿੱਚ ਪ੍ਰੋਬਲਮ ਆਉਂਦੀ ਸੀਗੀ ਜਿੱਦਾਂ ਫਿਰ ਮੈਂ ਇੰਟਰਨੈਟ 'ਤੇ ਸਰਚ ਕੀਤੀ ਫਿਰ ਮੈਂ ਡਾਕਟਰ ਸਾਹਿਬ ਕੋਲ ਆਇਆ ਅਤੇ ਨੀਅਰ ਸਟੈਪਲਰ ਵਾਲਾ ਮੈਨੂੰ ਬੈਸਟ ਲੱਗਾ ਫਿਰ ਮੈਂ ਇੱਥੋਂ ਆਪਣੇ ਸਰਕਮਸੀਜਨ ਦਾ ਸਰਕਮਸੀਜਨ ਕਰਵਾਇਆ ਜਿਹੜੀ ਮੈਨੂੰ ਪਹਿਲਾਂ ਦਿੱਕਤ ਆਉਂਦੀ ਸੀ ਬਾਥਰੂਮ ਕਰਨ 'ਚ ਉਹ ਹੁਣ ਮੈਨੂੰ ਨਹੀਂ ਆਉਂਦੀ। ਮੈਂ ਰਾਪੁਰ ਤੋਂ ਹਾਂ, ਮੇਰਾ ਨਾਂ ਹੈਗਾ ਕੁਲਜਿੰਦਰਪਾਲ। ਕਿ ਮੈਨੂੰ ਬਾਥਰੂਮ ਵਿੱਚ ਪ੍ਰੋਬਲਮ ਆਉਂਦੀ ਸੀਗੀ ਅਤੇ ਨਹੀਂ ਖੁੱਲ੍ਹ ਕੇ ਨਹੀਂ ਆਉਂਦਾ ਸੀ, ਤਿਵਕਾ ਤਿਵਕਾ ਆਉਂਦਾ ਸੀ। ਤਾਂ ਫਿਰ ਇੱਦਾਂ ਫਿਰ ਮੈਂ ਇੰਟਰਨੈਟ 'ਤੇ ਸਰਚ ਕੀਤਾ, ਫਿਰ ਯਾਨੀ ਕਿ ਇਹੀ ਇੱਥੇ ਸੀਗਾ ਸਟੈਪਲਰ ਦਾ ਯਾਨੀ ਕਿ ਹਸਪਤਾਲ 'ਤੇ ਨਹੀਂ। ਫਿਰ ਮੈਂ ਡਾਕਟਰ ਸਾਹਿਬ ਕੋਲ ਆਇਆ, ਡਾਕਟਰ ਸਾਹਿਬ ਕਹਿੰਦੇ ਦੋ ਤਿੰਨ ਤਰੀਕਿਆਂ ਨਾਲ ਹੋ ਸਕਦਾ, ਅਤੇ ਫਿਰ ਇੰਨੀ ਕਹਿੰਦੇ ਸਟੈਪਲਰ ਵਾਲਾ ਮੈਨੂੰ ਬੈਸਟ ਲੱਗਾ, ਫਿਰ ਮੈਂ ਉਹੀ ਲਿਆ। ਅਤੇ ਮੈਨੂੰ ਇਹਨੀ ਸਟੈਪ ਵਾਲਾ ਕੀਤਾ, ਇੱਕ ਦਿਨ 'ਚ ਮੈਨੂੰ ਛੁੱਟੀ ਦੇ ਦਿੱਤੀ ਉਸ ਦਿਨ ਹੀ, ਅਤੇ ਹੁਣ ਜਿੱਦਾਂ ਠੀਕ ਹੈ ਜਾਂ ਕੰਮ ਸਹੀ ਹੈ। ਫਿਰ ਮੈਂ ਇੱਥੋਂ ਆਪਣੇ ਸਰਕਮਸੀਜਨ ਦਾ ਸਰਕਮਸੀਜਨ ਕਰਵਾਇਆ, ਕੋਈ ਯਾਨੀ ਸਟਿਚ ਨਹੀਂ ਲੱਗਾ, ਨਹੀਂ ਕੋਈ ਦਰਦ ਨਹੀਂ ਹੋਈ ਹੈਗੀ। ਅਸੀਂ ਡਾਕਟਰ ਸਾਹਿਬ ਵੀ ਵਧੀਆ, ਸਟਾਫ ਵੀ ਵਧੀਆ, ਸਹੀ ਕੇਅਰ ਕਰਦੇ ਆ। ਜਿਹੜੀ ਮੈਨੂੰ ਪਹਿਲਾਂ ਦਿੱਕਤ ਆਉਂਦੀ ਸੀ ਬਾਥਰੂਮ ਕਰਨ 'ਚ ਉਹ ਹੁਣ ਮੈਨੂੰ ਨਹੀਂ ਆਉਂਦੀ, ਹੁਣ ਐਨ ਸਹੀ ਆ। ਅਤੇ ਹੁਣ ਜੇ ਕਿਸੇ ਨੇ ਵੀ ਯਾਨੀ ਕਿ ਸਰਕਮਸੀਜਨ ਕਰਵਾਉਣਾ ਤਾਂ ਉਹ ਡਾਕਟਰ ਸਾਹਿਬ ਕੋਲ ਆ ਸਕਦਾ, ਡਾਕਟਰ ਜਸਪ੍ਰੀਤ ਸਿੰਘ ਆਲੂਵਾਲੀਆ।